ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਵਿਖੇ ਸੁਸ਼ੋਭਿਤ ਦੁਨੀਆ ਦੇ ਸਭ ਤੋਂ ਉੱਚੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਨਿਭਾਈ ਗਈ, ਜਿੱਥੇ ਦੁਨੀਆ ਭਰ ਤੋਂ ਆਈ 18 ਮੁਲਕਾਂ ਦੀ ਸੰਗਤ, ਜਿਨ੍ਹਾਂ ਦੇ ਵਿੱਚ ਗੋਰੇ ਵੀ ਸ਼ਾਮਿਲ ਨੇ, ਉਹਨਾਂ ਸੇਵਾ ਨੂੰ ਬੜੇ ਹੀ ਸਤਿਕਾਰ ਤੇ ਮਰਿਆਦਾ ਦੇ ਨਾਲ ਨਿਭਾਇਆ। ਉੱਥੇ ਹੀ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਨਿਭਾਈ ਜਾ ਰਹੀ ਇਹ ਸੇਵਾ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਹਰਪ੍ਰੀਤ ਸੰਧੂ ਵੱਲੋਂ ਵੀ ਕੀਤੀ ਗਈ। ਦੱਸ ਦਈਏ ਕਿ ਨਿਸ਼ਾਨ ਸਾਹਿਬ ਦੀ ਸੇਵਾ ਦੀ ਆਰੰਭਤਾ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਪੰਜ ਪਿਆਰਿਆਂ ਵੱਲੋਂ ਕੀਤੀ ਗਈ, ਜਿਨ੍ਹਾਂ ਨੂੰ ਹਰਪ੍ਰੀਤ ਸੰਧੂ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਣਾਇਆ ਗਿਆ ਕੈਲੰਡਰ ਵੀ ਭੇਂਟ ਕੀਤਾ ਗਿਆ। ਪੰਜਾਬ ਸੂਬੇ ਦੇ ਦੁਆਬੇ ਦੇ ਰੀਜਨ ਦੇ ਵਿੱਚ ਜਲੰਧਰ ਜ਼ਿਲ੍ਹੇ 'ਚ ਮਹਿਤਪੁਰ ਤੋਂ 6 ਕਿਲੋਮੀਟਰ ਦੇ ਫਰਕ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਬੁਲੰਦਪੁਰੀ ਸਾਹਿਬ ਵਿਖੇ ਅੱਜ ਇੱਕ ਬਹੁਤ ਹੀ ਇਤਿਹਾਸਿਕ ਔਰ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ, ਕਿਉਂਕਿ ਸਾਡੀ ਸਿੱਖ ਕੌਮ ਦੇ ਜਿਹੜੇ ਸਰ ਨੂੰ ਉੱਚਾ ਚਿੰਨ੍ਹ ਆ ਨਿਸ਼ਾਨ ਸਾਹਿਬ, ਇਸ ਪਵਿੱਤਰ ਪਾਵਨ ਧਰਤੀ 'ਤੇ 24 ਫਰਵਰੀ 2016 ਨੂੰ ਸੰਸਾਰ ਭਰ ਸਾਰੀ ਦੁਨੀਆ ਤੋਂ ਉੱਚਾ ਨਿਸ਼ਾਨ ਸਾਹਿਬ ਇੱਥੇ ਸਥਾਪਿਤ ਕੀਤਾ ਗਿਆ ਸੀ। ਔਰ ਇਹ ਜਿਹੜੀ ਕਿਰਪਾ ਉਸ ਵਾਹਿਗੁਰੂ ਨੇ ਕੀਤੀ ਹੈ, ਇੱਥੇ ਦੁਨੀਆ ਦਾ ਸਾਰਿਆਂ ਨਾਲੋਂ ਵੱਡਾ 255 ਫੁੱਟ ਉੱਚਾ ਹਾਈਡਰੋਲਿਕ ਨਿਸ਼ਾਨ ਸਾਹਿਬ, ਇਹ ਕੈਨੇਡਾ ਦੇ ਸੰਗਤ ਨੇ, NRIs ਨੇ ਸਾਰੇ ਦੁਨੀਆ ਤੋਂ ਭਰ ਕੇ ਕੀਤਾ। ਅੱਜ 24 ਫਰਵਰੀ 2020 ਨੂੰ ਇਸ ਪਵਿੱਤਰ ਸਥਾਨ ਗੁਰਦੁਆਰਾ ਬੁਲੰਦਪੁਰੀ ਸਾਹਿਬ ਵਿਖੇ ਦੁਨੀਆ ਦੇ ਸਾਰਿਆਂ ਨਾਲੋਂ ਵੱਡੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਦਾ ਕਾਰਜ ਸਵੇਰੇ 8 ਵਜੇ ਤੋਂ ਸੰਪੂਰਨ ਹੋਇਆ। ਬਹੁਤ ਹੀ ਵਡਭਾਗੀ ਹਾਂ ਔਰ ਮੈਂ ਕਹੂੰਗਾ ਵੀ ਸਾਡੇ ਪੰਜਾਬ ਸੂਬੇ ਦੇ ਵਿੱਚ ਅੱਜ ਸਾਰੇ ਪੰਜਾਬੀਆਂ ਨੂੰ ਇੱਕ ਪ੍ਰੇਰਣਾ ਔਰ ਇੱਕ ਬਹੁਤ ਅੱਛੀ ਇੱਕ ਸੋਚ ਲੈਣੀ ਚਾਹੀਦੀ ਹੈ ਵੀ ਅੱਜ ਇਸ ਗੁਰਦੁਆਰਾ ਸਾਹਿਬ ਦੇ ਵਿੱਚ 18 ਵੱਖ ਵੱਖ ਮੁਲਕਾਂ 'ਚੋਂ ਸਿੱਖ ਸੰਗਤ, ਸਾਡੇ ਬਜ਼ੁਰਗ, ਸਾਡੇ ਵੀਰ, ਸਾਡੀਆਂ ਭੈਣਾਂ, ਛੋਟੇ ਛੋਟੇ ਬੱਚੇ, ਖਾਸ ਕਰ ਪੈਰਿਸ, ਫਰਾਂਸ ਤੋਂ ਇੰਨੇ ਆਏ ਆ ਔਰ ਉਹ ਜਿਸ ਸਤਿਕਾਰ, ਮਰਿਆਦਾ ਔਰ ਖੁਸ਼ਹਾਲੀ ਨਾਲ ਸੇਵਾ ਸਵੇਰ ਤੋਂ ਨਿਭਾ ਰਹੇ ਨੇ, ਪਹਿਲਾਂ ਇਹ ਹਾਈਡਰੋਲਿਕ ਨਿਸ਼ਾਨ ਸਾਹਿਬ ਨੂੰ ਪਵਿੱਤਰ ਪਾਣੀ ਦੇ ਨਾਲ ਇਸ਼ਨਾਨ ਕਰਾਇਆ ਗਿਆ, ਫਿਰ ਉਸ ਤੋਂ ਬਾਅਦ ਦੁੱਧ ਦੇ ਨਾਲ ਸੰਗਤ ਨੇ ਬੜੀ ਸਤਿਕਾਰ ਮਰਿਆਦਾ ਨਾਲ ਨਿਸ਼ਾਨ ਸਾਹਿਬ ਦਾ ਇਸ਼ਨਾਨ ਕਰਾਇਆ ਅਤੇ ਹੁਣ ਤਕਰੀਬਨ ਪਿਛਲੇ 5-6 ਘੰਟੇ ਤੋਂ ਜਿਹੜੀ ਚੋਲਾ ਸਾਹਿਬ ਦੀ ਸੇਵਾ ਆ ਉਹ ਸਾਰੀ ਸੰਗਤ ਰਲ ਕੇ ਨਿਭਾ ਰਹੀ ਹੈ। ਬੜਾ ਇੱਕ ਇਹ ਇਤਿਹਾਸਿਕ ਦਿਨ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਕਾਫੀ ਹੱਦ ਤੱਕ ਕਿ ਬਲਕਿ ਬਹੁਤ ਘੱਟ ਲੋਕਾਂ ਨੂੰ ਇਸ ਪਵਿੱਤਰ ਸਥਾਨ ਗੁਰਦੁਆਰਾ ਬੁਲੰਦਪੁਰੀ ਸਾਹਿਬ ਦਾ ਵੀ ਜਿੱਥੇ ਸਾਡੇ ਗੁਰੂਆਂ ਦੀ ਦਿੱਤੀ ਨਿਸ਼ਾਨੀ ਨਿਸ਼ਾਨ ਸਾਹਿਬ ਸਾਰਿਆਂ ਨਾਲੋਂ ਵੱਡਾ ਜਿਹੜਾ 255 ਫੁੱਟ ਉੱਚਾ ਜਿਹੜਾ ਕਿ ਵੀ ਜਹਾਜ਼ ਰਾਹੀਂ, ਸਮੁੰਦਰੀ ਜਹਾਜ਼ ਰਾਹੀਂ ਚਾਈਨਾ ਤੋਂ ਇੱਥੇ ਲੈ ਕੇ ਹਾਈਡਰੋਲਿਕ ਸਥਾਪਿਤ ਕੀਤਾ ਗਿਆ। ਮੈਂ ਤਾਂ ਇਹ ਕਹੂੰਗਾ ਵੀ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਕੋਟ ਕੋਟ ਸ਼ੁਕਰਾਨਾ ਵੀ ਉਸ ਵਾਹਿਗੁਰੂ ਨੇ ਸਾਨੂੰ ਇਸ ਨੇਕ ਔਰ ਸਹਿਜ ਰੀਝ ਔਰ ਸਿੱਖ ਕੌਮ ਦੇ ਕਾਰਜ ਦੇ ਲੇਖੇ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਦਈਏ ਕਿ ਬੁਲੰਦਪੁਰੀ ਸਾਹਿਬ ਦੇ ਵਿੱਚ ਸੁਸ਼ੋਭਿਤ ਨਿਸ਼ਾਨ ਸਾਹਿਬ ਦੀ ਕੁੱਲ ਉਚਾਈ 255 ਫੁੱਟ ਹੈ ਤੇ ਇਸ ਦਾ ਭਾਰ ਲਗਭਗ 21,000 ਕਿਲੋ ਹੈ। ਇਸ ਉੱਪਰ ਲੱਗੇ ਖੰਡਾ ਸਾਹਿਬ ਦੀ ਉਚਾਈ 113 ਇੰਚ ਤੇ ਭਾਰ ਲਗਭਗ 60 ਕਿਲੋ ਹੈ। ਦੱਸ ਦਈਏ ਕਿ ਇਸ ਨਿਸ਼ਾਨ ਸਾਹਿਬ ਨੂੰ ਕੈਨੇਡਾ ਦੇ ਵਿੱਚ ਸਿੱਖ ਨੈਸ਼ਨਲ ਦੀ ਸ਼ਾਖਾ ਦੇ ਵਿੱਚ ਬਣਾਇਆ ਗਿਆ ਸੀ ਤੇ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਵਿਖੇ ਸਥਾਪਿਤ ਕਰਨ ਤੋਂ ਪਹਿਲਾਂ ਇਸ ਨੂੰ ਚੀਨ ਦੇ ਵਿੱਚ ਤਿਆਰ ਕੀਤਾ ਗਿਆ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV।
All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran Sitta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648.